ਇਹ ਥੋੜੀ ਨਹੀਂ ਹੈ ਬਾਈ ਜੀ ਆ ਦੇਖੋ ਬੁੱਝਾ ਵਿੱਚੋਂ ਸਾਰੀ ਦੀ ਕੀ ਕੰਡੀਸ਼ਨ ਹੋਈ ਵੀ ਹੈ ਇੱਕ ਵਾਰ ਤੁਹਾਨੂੰ ਆ ਤਿੰਨ ਡੱਕੇ ਸਾਈਡ ਨੂੰ ਕਰਕੇ ਦਿਖਾਉਣਾ ਆ ਦੇਖੋ ਮਾੜਾ ਗੇੜਾ ਰੱਖਿਆ ਕਰੋ ਮੋਟਰ ਤੇ ਖੇਤਾਂ 'ਚ ਦੇਖਣ ਨੂੰ ਬੁੱਝਾ ਉੱਪਰੋਂ ਠੀਕ ਹੈ ਪਰ ਇਹਨੇ ਜਿਉਂ ਜਿਉਂ ਸਾਰੇ ਪਰਾਉਣਾ ਚਿੱਟੀਆਂ ਬੱਲਾਂ ਨਿਕਲਣੀਆਂ ਸ਼ੁਰੂ ਹੋ ਜਾਣੀਆਂ ਬੁੱਝਾ ਹੀ ਖਰਾਬ ਹੋ ਗਈ ਕਿਰੇ ਬਦਲੀ ਹਾਂ ਇਹਦੀ ਬੈਟਰੀ ਬਦਲੀ ਕਰੀ ਹੈ ਬੈਟਰੀ ਤੁਸੀਂ ਕੱਢੀ ਕਿੱਥੇ ਟਾਈਮ ਮੈਨੂੰ ਤੁਸੀਂ ਕੱਢਦੀ ਉਹ ਛੇਤੀ ਡਾਊਨ ਹੋ ਜਾਂਦੀ ਸੀ ਕਿੰਨੇ ਕੁ ਪੰਪ ਬਸ ਇਹੀ इंजन का वेट हो जाता जो सताल भाई जी सारे सताल जी सो उम्मीद करते जी सब ठीक ठाक होंगे जी तो भाई जी दो तीन दिन हो गए थोड़ा जा स्परे लगे हुए हैं तो खास बेनती एक अपने किसान भीर जे अपने वीडियो देखते दे हैं सो जुड़े हुए हैं और शुरुआत से करनी है दो तीन बीमारियों से जी हूँ असं स्परे लगे कर भाई आप दो तीन बीमारियों तो हम स्परे लग गए कर एक तो फंगीसाइड तो कर रहे हैं गोब की सूडी तो कर रहे हैं ठीक है तो आहो तो अपना तेले तो तेला हले है नहीं चल फिर भी बिच पा पा बिल्कुल फायदा ही रहता बेला लंघे का कोई फायदा नहीं होंगे जी जो चिट्टी चिट्टिया मुंजना निकल के बहार खड़ दें है ना अपनी झोना जोड़ा वह बीमारी चुड़ जाता तो बाद करी का कोई फायदा नहीं होंगे जड़िया संभाल अपनी पहल करनी है जी बीमारी की रोकथाम पहल करनी है तो वो करके हूँ असी स्परे करिए जी कल क्या 10 किले असी अज सवेरे लाइए झट 6-7 किले असी सवेरे कटते सो दूए बैटरी वाले पंप अपने थोड़ू भी दिखा मैं तो बैटरी वाले 3 पंप है गए तो एक नवा लैके आता सी कल होर कलसी का कोई खराबी अंदरूनी खराबी कारण वापस कर आंदा जी एक दिन लवाया उन्हें थोड़ा लोड जानी था वैसे कोशिश करा करो तुम भी बैटरी वाले पंपा नाल क्योंकि बैटरी वाले पंपा नाल अपन यूनिवर्सिटी वाले भी इसी गल की राय दिने भी हाँ जी एक तो वह जो पानी कले कले पत्ते गिरदा भाफ घट बना कहने का भाव भी दाना बड़ा बरीक हों कले कले पत्ते तक सही असर करता वो तो बाकी थोनू हूँ आप दिखाऊंगे खेतों जाके भी कि बीमारियों की आप जी स्परे करते हैं असं किसी दवाई की प्रमोशन नहीं कर रहे ना किसी दवाई का नाम लेना असी सिर्फ तो सिर्फ थोनू इस चीज़ बारे जाणू कराउणा भी हाँ 40 तो 45 दिन तक की जी झोने की है पहला डाइट का टाइम होंगे जी सो अपना फिलहाल कंप्लीट हो गया 18 जून तो अपना झोना लगना शुरू होया था 18 जून तो जुलाई तो अगस्त 2 महीने तो उपर का अपना झोना हो गया 60 दिन तो बाद जिहड़ा अपना झोने नूं है सही उस तो बाद फिर बीमारी लगन का जो खतरा वो पैदा हो जाता जी एक तो गोब की सूडी का खतरा हो जाता जी अब सीट ब्लैट का खतरा हो जाता जी ठीक है जी उद्दे क्योंकि मुंजना चिट्टी चिट्टी निकले होनी है दो तीन बीमारियों बारे जो थोड़ा आप हम मोटर से लैके चलेंगे तो बाकी पंप दिखाने एक बार थोड़ा आप कि पंपा आप स्परे करते हैं तो अगे की कार्रवाई थोड़ा नाल दिखाते रहेंगे कहते कौन आ गया मेरे भीरे ਕੱਢ ਲੈਂਦੇ ਹਾਂ 3-4 ਕਿੱਲੇ ਸ਼ਾਮ ਨੂੰ ਕੱਢ ਲੈਂਦੇ ਹਾਂ ਇਹ ਕਲਸੀ ਦੇ ਪੰਪ ਅਸੀਂ ਵਰਤੇ ਹਾਂ ਹੁਣ ਤੱਕ ਇੱਕ ਪੰਪ ਕੱਲ ਨਵਾਂ ਲੈ ਕੇ ਆਏ ਤੇ ਉਹ 'ਚ ਥੋੜ੍ਹੀ ਜਿਹੀ ਪ੍ਰੋਬਲਮ ਪੈ ਗਈ ਅਸੀਂ ਵਾਪਸ ਕਰੇ ਇਹਦੀ ਹੁਣ ਬੈਟਰੀ ਬਦਲੀ ਹੋ ਗਈ ਜੀ ਬਦਲੀ ਹੋ ਗਈ ਉਹ ਇਹਦੀ ਪੁਰਾਣੀ ਬੈਟਰੀ ਪਈ ਹੈ ਜੀ ਸਾਈਡ 'ਚ ਜੀ ਤੇ ਹੁਣ ਬੈਟਰੀ ਬਦਲ ਕੇ ਸਪੇਅਰ ਚੀਜ਼ ਦਾ ਪੈਸੇ ਫਾਇਦਾ ਹੁੰਦਾ ਹੈ ਬਹੁਤ ਨਜ਼ਾਰਾ ਆ ਰਿਹਾ ਹੈ ਹੋ ਦਾ ਚਾ ਕਿਵੇਂ ਹੋ ਗਿਆ ਵੇਲਾ ਉਧਰੋਂ ਡਿਊਟੀਆਂ ਤੋਂ ਕਿ ਨਹੀਂ ਉਹ ਚੱਲੀ ਜਾਂਦਾ ਹਾਂ ਕਿਦਨ ਕਰੀ ਸ਼ੁਰੂ ਕਾਲੇ ਮਾਮੇ ਨੇ ਤਾਂ ਕਰਤੀ ਹੈ ਆਪਣੀ ਕਮੈਂਡ ਦੀ ਕੋਈ ਗੱਲ ਨਹੀਂ ਕਾਲੇ ਮਾਮੇ ਅੱਜ ਖੋਲ ਹੀ ਕਹਿੰਦਾ ਕਾਲੇ ਮਾਮੇ ਉਹਨਾਂ ਦਾ ਫਿਰ ਆਇਆ ਨਾ ਪਰ ਕੰਮ ਛੇਤੀ ਚੱਲ ਪੈਂਦਾ ਹੈ ਹਾਂ ਅੱਜ ਉਹਨਾਂ ਨੇ ਆ ਫੋਨ ਆਇਆ ਤਾਂ ਮੈਨੂੰ ਹੁਣ ਕਹਿੰਦਾ ਵੀ ਮਸ਼ੀਨ ਅਸੀਂ ਅੱਜ ਖੋਲੀ ਕਹਿੰਦਾ ਵੀ ਰਿਪੇਅਰਾਂ ਦਾ ਕੰਮ ਹੈ ਜਿਹੜਾ ਸਟਾਰਟ ਕਰਤਾ ਬਸ ਫਿਰ ਆਪਣੇ ਵੀ ਖੁੰਡੇ ਮਾਂ ਵੀ ਸਾਡਾ ਸਟਾਫ ਨਹੀਂ ਆਈ ਕੀ ਦਿੰਦਾ ਕਹਿੰਦਾ ਸਟਾਫ ਭੇਜ ਦਿੰਦੇ ਆਪਾਂ ਕਿਆ ਬਰ ਸਾਡਾ ਸਟਾਫ ਕਿਆ ਕਰੂਗਾ ਹੈ ਸਾਡਾ ਸਟਾਫ ਕਿੱਥੇ ਕੋ ਮੱਖੀਆਂ ਮਾਰੂਗਾ ਸਾਡਾ ਸਟਾਫ ਕਿੱਥੇ ਜਾਊਗਾ ਸਾਡਾ ਸਟਾਫ ਕਿੱਥੇ ਜਾਊਗਾ
ਨਹੀਂ ਚੱਲ ਟਾਈਮ ਦੇ ਹਿਸਾਬ ਨਾਲ ਚੱਲਾਂਗੇ ਆਪਾਂ ਹੁਣ ਸਪਰੇਅ ਦਾ ਨਿਬੇੜ ਲਈਏ ਸਪਰੇਅ ਦਾ ਨਿਬੇੜ ਲਓ ਉਹਦੇ ਬਾਅਦ ਫਿਰ ਖੋਲ ਲਾਂਗੇ ਉਹਦੇ ਬਾਅਦ ਕਰ ਲਾਂਗੇ ਫਿਰ ਗਾਹ ਇੱਕ ਨਸਾਰੇ ਪਰ ਹੋਣੀ ਜਦ ਤੱਕ ਆਪਣੀ ਰਿਪੇਅਰਾਂ ਦਾ ਨਿਬੜ ਜੂਗਾ ਹੋਰ ਫਿਰ ਇਕੱਠੇ ਕਰ ਲਾਂਗੇ ਫਿਰ ਤਾਂ ਫਿਰ ਇਕੱਠੀ ਆ ਕਿੰਨਾ ਕਿ ਦਿਨ ਕਿੰਨੇ ਕਿ ਦਿਨ ਲਾਉਣੇ ਆ 10 15 ਦਿਨ ਮਸੋਂ ਲਾਉਣੇ ਹੁੰਦੇ ਆ ਆਪਾਂ ਸਪਰੇਅ ਨੂੰ ਹਾਂ ਨਹੀਂ ਨਹੀਂ ਦਸ ਦਿਨ ਲੱਗਣਗੇ ਨਹੀਂ ਜਵਾਬ ਨਹੀਂ ਦਿੰਦਾ ਬਾਈ ਇਹਨੂੰ ਇੱਕ ਵਾਰੀ ਕਰ ਰਿਪੇਅਰ ਦਾ ਵਿੱਚ ਆਪਣਾ ਕੰਮ ਜਾਇਦਾ ਨਹੀਂ ਹੈਗਾ ਜਿਆਦਾ ਨਹੀਂ ਹੈਗਾ ਕੰਮ ਆਪਣਾ ਸਾਰਾ ਕੰਮ ਤਾਂ ਆਪਣੇ ਕਣਕ ਦੇ ਵਿੱਚ ਤਾਂ ਪੂਰਾ ਕੰਮ ਕਰਿਆ ਯਾਰ ਕੋਈ ਜੇ ਤੇ ਬਦਲੀ ਤਾਂ ਕੋਈ ਕਿਸੇ ਨੂੰ ਕੋ ਲੈਣਾ ਜਿਹੜਾ ਆਪਣੇ ਲੱਗਣਗੇ ਰਿਪੇਅਰ ਤੁਸੀਂ ਮੇਰੇ ਵਾਲਾ ਪੰਪ ਲੈ ਲਓ ਯਾਰ ਇਹ ਵੀ ਤਾਂ ਤੁਸੀਂ ਲਈ ਫਿਰਦੇ ਆ ਉਹ ਯਾਰ ਉਹ ਭਾਰੀ ਬਹੁਤ ਆ ਉਹ ਭਾਰੀ ਨਹੀਂ ਹੈਗਾ ਤੇਰੇ ਕੋਲ ਕਿਹੜਾ ਮੋਟਰ ਉਹ ਇੰਜਣ ਵਾਲਾ ਮੇਰੇ ਕੋਲ ਪੈਟਰੋਲ ਵਾਲਾ ਹੈ ਅੱਛਾ ਪੈਟਰੋਲ ਵਾਲਾ ਟਰਬੋ ਆ ਟੌਪ ਮਾਡਲ ਆ ਟੌਪ ਮਾਡਲ ਹਾਂ ਹੁਣ ਤਾਂ CRDI ਆ ਗਏ ਨਵੇਂ ਉਹ ਆ ਤਾਂ ਚੱਲ ਹੁਣ ਜਿਹੜੇ ਜਾਣ ਜਿਹੜੇ ਮਰਜ਼ੀ ਜਾਣ ਠੀਕ ਨਹੀਂ ਪੈਟਰੋਲ ਨੂੰ ਵੀ ਟਰਬੋ ਲੱਗਿਆ ਵਾ ਟਰਬੋ ਲੱਗਿਆ ਵਾ ਉਹਨੂੰ ਉਹ ਮੈਂ ਤਾਂ ਵੇਚ ਦੇਣਾ ਯਾਰ ਫਿਰ ਜਿੰਨੇ ਨੂੰ ਫਿਰ ਮਾਫ਼ ਕਰਦਾ ਆਪਣਾ ਸਪਰੇਅ ਦਾ ਟਾਈਮ ਹੁੰਦਾ ਇੰਨੇ ਨੂੰ ਫਿਰ ਮਸ਼ੀਨਾਂ ਖੁੱਲ ਜਾਂਦੀਆਂ ਤੇਰੀਆਂ ਮਸ਼ੀਨਾਂ ਖੁੱਲ ਜਾਂਦੀਆਂ ਫਿਰ ਮੇਰੇ ਕੋਲ ਪੰਪ ਫਿਰ ਫਿਰ ਚਾਚਾ ਸਾਡਾ ਲੋਟ ਨਹੀਂ ਆਉਣਾ ਹੁਣ ਅਸੀਂ ਬੈਟਰੀ ਵਾਲੇ ਨਾਲ ਕਰਦੇ ਆਂ ਯਾਰ ਤੂੰ ਹੀ ਲੈ ਲਈ ਨਹੀਂ ਰੱਖ ਰੱਖ ਚੀਜ਼ ਕੰਮ ਆ ਜਾਂਦੀ ਕਦੇ ਕਦੇ ਕੰਮ ਤਾਂ ਚੱਲ ਆ ਜਾਂਦੀ ਕੰਮ ਤਾਂ ਹੁਣ ਆਉਂਦੀ ਜੇ ਕੋਈ ਹੋਊਗਾ ਵੀਰ ਲੈਣੇ ਵਾਲਾ ਤਾਂ ਕਿਸੇ ਹੁਣ ਤੁਸੀਂ ਨੇ ਕਹਿਤਾ ਵੀ ਹੁਣ ਉਧਰ ਮਸ਼ੀਨਾਂ ਖੋਲਣੀ ਆਪਾਂ ਨੇ ਬਾਈ ਫਟਾਫਟ ਰਿਪੇਅਰ ਕਰਨੀ ਆ ਤੁਸੀਂ ਨੇ ਕਹਿਣਾ ਆ ਜਾ ਫਿਰ ਉਹ ਪੰਪ ਫਿਰ ਵਿੱਚ ਚੱਲੂਗਾ ਤੁਹਾਡੇ ਗੱਲ ਫਿਰ ਨੀ ਚੱਲਣਾ ਕਿਉਂ ਜਿਹੜਾ ਬੂਟਾ ਮਤਲਬ ਓਹਦਾ ਕਿੰਨਾ ਕੁ ਫਰਕ ਪਿਆ ਕਿੰਨਾ ਕੁ ਨਹੀਂ ਤੇ ਆਜੋ ਤੁਹਾਨੂੰ ਖੇਤਾਂ ਚ ਲੈ ਕੇ ਚੱਲਦੇ ਆਪਾਂ ਤੇ ਲਓ ਜੀ ਬਾਈ ਆਪਣਾ ਪਹੁੰਚ ਗਏ ਜੀ ਖੇਤਾਂ ਚ ਮੋਟਰ ਤੇ ਤੇ ਬਾਕੀ ਕਿਹਾ ਆਪਣਾ ਬਾਈ ਜੀ 129 ਬੀਜ ਆ ਝੋਨੇ ਦਾ ਹੁਣ ਪੀਟੀ ਹਾਲਤ 'ਚ ਹੋ ਗਏ ਹੁਣ ਮੈਂ ਤਾਂ ਬੈਕ ਕੈਮਰੇ ਤੋਂ ਵੀਡੀਓ ਬਣਾਊਂਗਾ ਕੁਛ ਵੀ ਠੀਕ ਹੈ ਕਿਉਂਕਿ ਇਹਨੇ ਸਪਰੇਅ ਨਹੀਂ ਕਰਨੀ ਪੰਪ ਪੰਪ ਭਰੂਗਾ ਦੇਖੋ ਬੁੱਝੇ ਦਾ ਅਸਰ ਕਿੰਨਾ ਹੋਇਆ ਵਾ ਕਿੱਲੇ 'ਚ ਵੀ ਦੇਖਣ ਨੂੰ ਵੈਸੇ ਥੋੜ੍ਹੀ ਥੋੜ੍ਹੀ ਦੈੜੀਆਂ ਲੱਗਦੀਆਂ ਪਰ ਜਿਉਂ ਜਿਉਂ ਆਪਾਂ ਵਿੱਚ ਜਾਂਦੇ ਨਾ ਉਦੋਂ ਪਤਾ ਲੱਗਦਾ ਵੀ ਕੀ ਕੰਡੀਸ਼ਨ ਆ ਦੇਖੋ ਹੁਣ ਜਿਵੇਂ ਬੁੱਝੇ ਡਾਊਨ ਹੈ ਅਤੇ ਉਹ ਆਹ ਵਿੱਚ ਵਿੱਚ ਨੂੰ ਤੱਗੀਆਂ ਬਹੁਤ ਜ਼ਿਆਦਾ ਪਈਆਂ ਹੋਈਆਂ ਇਹਦੀਆਂ ਬਾਕੀ ਹੁਣ ਇਹ ਬਾਈ ਜੀ ਗੋਭ 'ਚ ਆ ਗਈ ਤੀ ਆਪਣੀ ਨਸਾਰੇ ਪਰ ਆ ਗਈ ਟਾਮੀ ਟਾਮੀਆਂ ਬੱਲੀਆਂ ਲੱਗ ਗਿਆ ਕੱਢਣ ਕਿੱਲਾ ਤੁਹਾਨੂੰ ਦਿਖੇ ਲਈਆਂ ਸ਼ਾਇਦ ਅਤੇ ਬਾਕੀ ਹੁਣ ਜਿਹੜੀ ਬਿਮਾਰੀ ਦੀ ਸ਼ੁਰੂਆਤ ਹੈ ਉਹਦੀ ਤੁਹਾਨੂੰ ਆਪਾਂ ਹੁਣੇ ਨਾਲ ਦੀ ਨਾਲ ਦਿਖਾਉਂਦੇ ਰਹਾਂਗੇ ਕਿਉਂਕਿ ਬਾਈ ਜੀ ਹੁਣੇ ਕੰਟਰੋਲ ਹੈ ਬਾਅਦ 'ਚ ਕਰੀ ਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਸਾਰਾ ਕੰਮ ਹੋ ਜਾਂਦਾ ਤਾਂ ਦੇਖੋ ਪੱਤਾ ਇੱਥੇ ਤੇ ਖਰਾਬ ਹੋਣਾ ਸ਼ੁਰੂ ਹੋਣਾ ਇਹ ਥੋੜ੍ਹੀ ਨਹੀਂ ਹੈ ਬਾਈ ਜੀ ਆਹ ਦੇਖੋ ਬੁੱਝਾ ਵਿੱਚੋਂ ਸਾਰੀ ਦੀ ਕੀ ਕੰਡੀਸ਼ਨ ਹੋਈ ਵੀ ਹੈ ਇੱਕ ਵਾਰ ਤੁਹਾਨੂੰ ਆਹ ਤਿੰਨ ਡੱਕੀਆਂ ਸਾਈਡ ਨੂੰ ਕਰਕੇ ਦਿਖਾਉਣਾ ਆਹ ਦੇਖੋ ਮਾੜਾ ਜਿਹਾ ਗੇੜਾ ਰੱਖਿਆ ਕਰੋ ਮੋਟਰ 'ਤੇ ਖੇਤਾਂ 'ਚ ਦੇਖਣ ਨੂੰ ਬੁੱਝਾ ਉੱਪਰੋਂ ਠੀਕ ਹੈ ਪਰ ਇਹਨੇ ਜਿਉਂ ਜਿਉਂ ਨਸਾਰੇ ਪਰਾਉਣਾ ਚਿੱਟੀਆਂ ਬੱਲਾਂ ਨਿਕਲਣੀਆਂ ਸ਼ੁਰੂ ਹੋ ਜਾਣੀਆਂ ਬੱਲਾਂ ਹੁਣ ਵੱਜਣੀਆਂ ਬੁੱਝਾ ਹੀ ਖਰਾਬ ਹੋ ਜਾਣਾ ਜੜੇ ਨਹੀਂ ਸਹੀ ਚੱਲਣੀ ਤਾਂ ਉੱਪਰ ਦੁੱਧ ਜਿਹੜਾ ਬਣਨਾ ਉਹ ਜੜ ਤੋਂ ਆਉਣਾ ਉੱਪਰ ਆਉਣਾ ਜੜ ਤੋਂ ਆਉਣਾ ਅਤੇ ਬਾਕੀ ਹੁਣੇ ਟਾਈਮ ਹੈ ਅੱਜ ਕਰ ਲਈ ਚਾਹੇ ਹਫ਼ਤੇ ਨੂੰ ਕਰ ਲਈ ਇੱਕ ਬਰੋਬਰ ਹੈ ਕਿਉਂਕਿ ਹਫ਼ਤੇ ਤੱਕ ਤਾਂ ਫਿਰ ਨੁਕਸਾਨ ਬਹੁਤ ਹੋ ਜਾਣਾ ਬਹੁਤ ਹੋ ਜਾਣਾ ਦਵਾਈਆਂ ਵਾਲੇ ਵੀ ਕਹਿੰਦੇ ਆ ਵੀ ਪਹਿਲਾਂ ਖੇਤ 'ਚ ਜਦ ਬਿਮਾਰੀ ਸ਼ੁਰੂ ਹੁੰਦੀ ਹੈ ਜਦ ਪਾਓ ਜਦ ਕਹਿੰਦੇ ਹੋ ਕੇ ਹਟ ਗਈ ਫਿਰ ਪਾਉਣ ਦਾ ਹੁਣ ਆਪਾਂ ਤੇਲੇ ਦੀ ਸਪਰੇਅ ਉਦੋਂ ਕਰਦੇ ਹਾਂ ਜਦ ਤੇਲੇ ਦਾ ਇਫੈਕਟ ਪੈਣਾ ਖੇਤ ਦੇ ਵਿੱਚ ਸ਼ੁਰੂ ਹੋ ਜਾਂਦਾ ਆਪਾਂ ਨੇ ਹੁਣੇ ਪਾਤੀ ਤੇਲੇ ਦੀ ਪਹਿਲਾਂ ਜਦ ਹਲੇ ਆਪਾਂ ਘੱਟ ਮਤਲਬ ਉਹਦੀ ਕੁਆਂਟਿਟੀ ਘੱਟ ਹੈ ਤੇਲੇ ਦੀ ਜਣੀ ਅੱਗੇ ਜਾ ਕੇ ਕਰਾਂਗੇ ਆਪਾਂ ਦੁਬਾਰਾ ਤੋਂ ਫਿਰ ਪਾਵਾਂਗੇ ਜਣੀ ਦੋ ਸਪਰੇਆਂ ਤਾਂ ਚਲੋ ਹੁਣ ਜ਼ਰੂਰੀ ਹੋਈਆਂ ਵੀ ਹੈ ਦੋ ਤਾਂ ਕਰਨੀ ਪੈਂਦੀਆਂ ਜਦੋਂ ਸਾਰੀ ਨਸਾਰੇ ਪਰ ਹੋ ਜੂਗੀ ਉਦੋਂ ਆਪਾਂ ਕਰਾਂਗੇ ਇੱਧਰ ਸਾਰੀ ਆਪਣੀ 128 ਹੈ ਜੀ ਆਹ 3 ਕਿੱਲੇ 128 ਆ ਇੱਧਰ 212 ਆ ਜਾਂਦੀ ਇੱਧਰ 212 ਆ ਜਾਂਦੀ ਹੈ ਦੇਖੋ ਰੇ ਵੈਸੇ ਆਪਾਂ ਇੱਕ ਬਰੋਬਰ ਕਰਕੇ ਸਾਰੀ ਦਾ ਰੰਗ ਹੈ ਜਿਹੜਾ ਇੱਕ ਸਾਰੇ ਹੈ ਆਹ 212 ਦੇਖ ਰਹੇ ਹਾਂ ਤੁਸੀਂ ਸਾਹਮਣੇ ਆਹ ਵਾਲੀ ਇਹ ਆਹ ਵਾਲੀ ਸਾਰੀ ਅਤੇ ਆਹ ਇੱਧਰ ਆਹ 128 ਦੀ ਹੈ ਬਟ ਉਹ ਤੱਕ ਰੇ ਵੀ ਹਿਸਾਬ ਦਾ ਜੀ ਕੋਈ ਜ਼ਿਆਦਾ ਰੇ ਨਹੀਂ ਪਿਆ ਵਾ ਅਤੇ ਬਾਕੀ ਹੁਣ ਪਾਣੀ ਆਪਣਾ ਚਲਾ ਤਾ ਜੀ ਆਪਾਂ ਨੇ ਖੇਤ ਇੱਕ ਵਾਰ ਨਾ ਹਵਾ ਲਵਾ ਤੀ ਦੇਖੋ ਤੇੜਾ ਤੇੜਾ ਪਟਾ ਤੀਆਂ ਤੇ ਹੁਣ ਪਾਣੀ ਚੱਲ ਰਿਹਾ ਪਾਣੀ ਲਾਉਣ ਲਾ ਸ਼ੁਰੂ ਕਰਤਾ ਪਾਣੀ ਲਾਉਣਾ ਸ਼ੁਰੂ ਕਰਤਾ ਜੀ ਬਾਕੀ ਮੌਸਮ ਵੀ ਬੜਾ ਸੋਹਣਾ ਹੋਇਆ ਜੀ ਹਲੇ ਮੀਂਹ ਦੇ ਕੋਈ ਚਾਂਸ ਹੈ ਨਹੀਂ ਚੰਡੀਗੜ੍ਹ ਸਾਈਡ ਨੂੰ ਰੋਜ਼ ਝੱਟ ਲਾ ਦਿੰਦਾ ਜੀ ਲਾਗੀ ਨਸਾਰੇ ਪਰ ਆਇਆ ਹੁਣ ਪੂਰੀ ਗੋਭ 'ਚ ਆ ਗਈ ਇਹ ਅਤੇ ਬਾਕੀ ਬਾਈ ਜੀ ਹੁਣ ਦਵਾਈ ਘੋਲ ਦੀ ਖੁਸ਼ਪ੍ਰੀਤ ਸਿੰਘ ਹੁਣ ਦਿਖਾਈ ਜਾਊਗਾ ਨਾਲ ਦੀ ਨਾਲ ਫਿਰ ਬਾਕੀ ਆਪਣੇ ਬੈਟਰੀ ਵਾਲੇ ਪੰਪ ਉੱਧਰ ਤਿਆਰ ਹੈ ਉਹਦੇ ਨਾਲ ਕਰ ਦਿੰਦਾ ਵੀ ਕਲਿੱਪ ਲਊਗਾ ਥੋੜ੍ਹੇ ਬਹੁਤੇ ਨਾਲ ਇਹ ਚੱਲ ਭਰੀ ਪੰਪ ਚਲੋ 212 ਦੇ ਵਿੱਚ ਅੱਜ ਹੁਣ ਸ਼ੁਰੂ ਕਰਿਆ ਸੀ ਸ਼ਾਮ ਦਾ ਟਾਈਮ ਹੋ ਗਿਆ ਅਤੇ
दवाई पा के हुण शुरू करिया काम, पहले पहले पंप भरिया हुण इधर देखो बड़ा सोहना फुहारा इहदा आम पंप जिन्ना टाइम लंदा इह मतलब खाली होण नूं भी जिन्ने क टाइम दे विच अपना दूआ पंप खाली हुंदा उन्ने टाइम दे विच इह पंप ने खाली हो जाणा उन्नी उह फाट कढ़दा इह हालांकि उह थोड़ी वध कढ़ दिंदा जिहड़ी उहदे चार क पंप लगदे इहदे आपां छे पंप कर लैंदे किले दे ਤਾਂ ਉਹ ਹਿਸਾਬ ਦੇ ਨਾਲ ਇਹ ਪਾਣੀ ਵੀ ਵੱਧ ਲਾ ਦਿੰਦਾ ਜੀ ਕਿੱਲੇ 'ਚ ਅਤੇ ਬਾਕੀ ਨੰਬਰ ਤੋਂ ਗੱਲ ਐਂ ਆ ਵੀ ਇੱਕ ਚੱਕਣ 'ਚ ਬੜਾ ਆਸਾਨ ਆ ਇਹ ਹੌਲਾ ਹੈ ਚੱਕਣ 'ਚ ਦੂਆ ਪੰਪ 'ਚ 25 ਲੀਟਰ ਦਾ ਪਾਣੀ ਪੈ ਜਾਂਦਾ ਪਲੱਸ ਉਹਦੇ ਇੰਜਣ ਦਾ ਵੇਟ ਹੋ ਜਾਂਦਾ ਜਿਹੜਾ ਠੀਕ ਹੈ ਜੀ ਇਹਦੇ 'ਚ ਕੁੱਲ ਮਿਲਾ ਕੇ ਮੰਨ ਕੇ ਚਲੋ ਵੀ 15-20 ਕਿਲੋ ਦਾ ਭਾਰ ਆ ਜਿਹੜਾ ਆਪਣੇ ਮੋਢਿਆਂ 'ਤੇ ਹੁੰਦਾ ਇਹ ਬੜਾ ਸੌਖਾ ਰਹਿੰਦਾ ਚੱਕਣ ਨੂੰ ਬਾਕੀ ਆ ਦੇਖੋ ਫੁਹਾਰਾ ਵੱਧ ਘੱਟ ਕਰਨਾ ਜਿਵੇਂ ਉਹ ਆਪਣੀ ਮਰਜ਼ੀ ਹੈ ਵਧੀਆ ਐਨ ਪੱਤਿਆਂ ਪਰ ਪੂਰਾ ਪਾਉਂਦਾ ਜਾਂਦਾ ਮਾਲ ਅਤੇ ਬਾਕੀ ਅਸੀਂ 6-6 ਪੰਪ ਲਾਈ ਜਾਂਦੇ ਹਾਂ ਜੀ ਕਿੱਲੇ 'ਚ ਨੂੰ 6 ਪੰਪ ਦੇ ਹਿਸਾਬ ਨਾਲ ਕਿੱਲਾ ਕੱਢੀ ਜਾਂਦੇ 8 ਕਨਾਲਾਂ ਦਾ ਕਿੱਲਾ ਆਪਣੇ ਇੱਥੇ ਦੇਖੋ ਬੜਾ ਹੀ ਸੋਹਣੀ ਗਰੋਥ ਹੋ ਰਹੀ ਹੈ ਇਹਦੇ 'ਚ 212 ਦੇ ਵਿੱਚ ਹਲੇ ਘੱਟ ਹੈ ਆਹ ਦੇਖੋ ਕਿਤੇ ਕਿਤੇ ਬੂਝਾ ਡਾਊਨ ਹੈ ਅਤੇ ਬਾਕੀ ਕਈ ਬੀਜ ਹੈ ਜਿਹੜੇ 121 124-128 ਇਹਨਾਂ ਦੇ ਵਿੱਚ ਥੋੜ੍ਹੀ ਜਿਹੀ ਹੈ ਬਿਮਾਰੀ ਜ਼ਿਆਦਾ 126 'ਚ ਬੜੀ ਘੱਟ ਹੈ 212 'ਚ ਵੀ ਹੈ ਪਰ ਬੜੀ ਘੱਟ ਵੀ ਹੈ ਦੇਖੋ ਬਾਕੀ ਸਾਰਾ ਖੇਤ ਐਨ ਠੀਕ ਠਾਕ ਭਰਿਆ ਖੜਾ ਪੂਰਾ ਅਤੇ ਗੋ ਰੱਖਿਆ ਕਰੋ ਜੀ ਕਿਉਂਕਿ ਹੁਣੇ ਟਾਈਮ ਹੈ ਆਪਣੇ ਫਸਲ 'ਤੇ ਜਿਹੜਾ ਆਪਾਂ ਬਚਾਓ ਕਰ ਲਈਏ ਕਿਉਂਕਿ ਵੇਲਾ ਲੰਘੇ ਤੋਂ ਫਿਰ ਬਾਅਦ 'ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਆਪਾਂ ਕਹਿ ਦਿੰਦੇ ਹਾਂ ਵੀ ਹਲੇ ਸਾਫ਼ ਹੈ ਜੀਰੀ ਪਰ ਵਿੱਚ ਵੜ ਕੇ ਪਤਾ ਲੱਗਦਾ ਖੇਤ ਦੇ ਵੀ ਕੀ ਕੰਡੀਸ਼ਨ ਹੈ ਖੇਤ ਦੀ ਕੀ ਨਹੀਂ ਹੈਗੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਨਾਲ ਬਾਕੀ ਹੋ ਸਕਦਾ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਇੱਕ ਆਪਾਂ ਕੰਬਾਈਨ ਦਾ ਰਿਵਿਊ ਲੈ ਕੇ ਆਈਏ ਕੋਸ਼ਿਸ਼ ਕਰਾਂਗੇ ਪਾਉਣ ਦੀ ਜਲਦ ਲੈ ਕੇ ਆਵਾਂਗੇ ਕਿਉਂਕਿ ਵੱਡੀਆਂ ਕੰਪਨੀਆਂ ਦੀ ਹਰੇਕ ਕੋਈ ਪਾਉਂਦਾ ਰਹਿੰਦਾ ਅਤੇ ਆਪਾਂ ਕੋਸ਼ਿਸ਼ ਕਰਾਂਗੇ 1-2 ਦਿਨ ਦੇ ਵਿੱਚ ਵਿੱਚ ਕੰਬਾਈਨ ਦਾ ਰਿਵਿਊ ਪਾਈਏ ਅਤੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ।